ਖੇਤੀਬਾੜੀ ਤੋਂ ਵੱਧ ਜ਼ਰੂਰੀ ਸ਼ਾਇਦ ਹੀ ਕੋਈ ਚੀਜ਼ ਹੈ ਇਸ ਦੁਨੀਆ ਦੇ ਵਿੱਚ, ਚਾਹੇ ਕੋਈ ਬਿਜ਼ਨਸ ਚੱਲੇ ਜਾਂ ਨਾ ਚੱਲੇ, ਚਾਹੇ ਕਿਸੇ ਨੂੰ ਜੌਬ ਮਿਲੇ ਜਾਂ ਨਾ ਮਿਲੇ, ਉਸ ਦੇ ਨਾਲ ਇੰਨਾ ਜ਼ਿਆਦਾ ਫਰਕ ਨਹੀਂ ਪੈਂਦਾ ਜਿੰਨਾ ਜ਼ਿਆਦਾ ਫਰਕ ਚੰਗੀ ਖੇਤੀਬਾੜੀ ਨਾ ਹੋਣ ਨਾਲ ਪੈਂਦਾ ਹੈ। ਇਨਸਾਨਾਂ ਦੇ ਲਈ ਖਾਣਾ ਬਹੁਤ ਜ਼ਰੂਰੀ ਹੈ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ 10 ਅਜਿਹੇ ਦੇਸ਼ਾਂ ਦੇ ਬਾਰੇ ਦੱਸਾਂਗੇ ਜਿਹੜੇ ਖੇਤੀਬਾੜੀ ਦੇ ਮਾਮਲੇ ਵਿੱਚ ਬਹੁਤ ਜ਼ਿਆਦਾ ਅੱਗੇ ਹਨ। ਇਸ ਟੌਪ 10 ਦੇਸ਼ਾਂ ਦੀ ਲਿਸਟ ਦੇ ਵਿੱਚ ਉਹ ਦੇਸ਼ ਸ਼ਾਮਲ ਨੇ ਜਿਹੜੇ ਆਪਣੇ ਦੇਸ਼ ਦੀ ਧਰਤੀ ਦੇ ਉੱਤੇ ਬਹੁਤ ਜ਼ਿਆਦਾ ਹਿੱਸੇ ਦੇ ਵਿੱਚ ਐਗਰੀਕਲਚਰ ਯਾਨੀ ਕਿ ਖੇਤੀਬਾੜੀ ਕਰਦੇ ਨੇ। ਇਹ ਬਹੁਤ ਵੱਡੇ ਲੈਵਲ ਤੇ ਖੇਤੀਬਾੜੀ ਯਾਨੀ ਕਿ ਐਗਰੀਕਲਚਰ ਕਰਦੇ ਨੇ ਤੇ ਨਾਲ ਹੀ ਆਪਣੀਆਂ ਚੀਜ਼ਾਂ ਨੂੰ ਦੂਜੇ ਦੇਸ਼ਾਂ ਨੂੰ ਵੇਚਦੇ ਹਨ ਤੇ ਨਾਲ ਹੀ ਤੁਹਾਨੂੰ ਇਹ ਵੀ ਦੱਸਾਂਗੇ ਕਿ ਇਹਨਾਂ ਦੇਸ਼ਾਂ ਦੇ ਕਿੰਨੇ ਪਰਸੈਂਟ ਲੋਕ ਖੇਤੀਬਾੜੀ ਯਾਨੀ ਕਿ ਐਗਰੀਕਲਚਰ ਦੇ ਕੰਮ ਦੇ ਨਾਲ ਜੁੜੇ ਹੋਏ ਨੇ। ਅਸੀਂ ਕਈ ਵੱਡੇ ਵੱਡੇ ਇੰਡੈਕਸ ਤੇ ਡਾਟਾ ਨੂੰ ਮਿਲਾ ਕੇ ਇਹ 10 ਕੰਟਰੀਆਂ ਦੀ ਲਿਸਟ ਤਿਆਰ ਕੀਤੀ ਹੈ, ਸੋ ਐਂਡ ਤੱਕ ਵੀਡੀਓ ਜ਼ਰੂਰ ਦੇਖਣਾ। ਨੰਬਰ 10 ਦੇ ਉੱਪਰ ਆਉਂਦਾ ਹੈ ਜੀ ਟਰਕੀ। ਟਰਕੀ ਇੱਕ ਬਹੁਤ ਵੱਡਾ ਦੇਸ਼ ਹੈ, ਇੱਥੋਂ ਦੇ ਬਹੁਤ ਜ਼ਿਆਦਾ ਲੋਕ ਐਗਰੀਕਲਚਰ ਯਾਨੀ ਕਿ ਖੇਤੀਬਾੜੀ ਦੇ ਨਾਲ ਜੁੜੇ ਹੋਏ ਨੇ। ਟਰਕੀ ਦੀ ਆਬਾਦੀ ਦਾ ਬਹੁਤ ਵੱਡਾ ਹਿੱਸਾ ਐਗਰੀਕਲਚਰ ਦੇ ਕੰਮ ਨਾਲ ਜੁੜਿਆ ਹੋਇਆ ਹੈ। ਟਰਕੀ ਦੇਸ਼ ਦੇ ਵਿੱਚ ਜਿੰਨੇ ਪਰਸੈਂਟ ਲੋਕ ਕੰਮ ਕਰਦੇ ਨੇ ਉਹਨਾਂ ਦੇ ਵਿੱਚੋਂ 92% ਲੋਕ ਖੇਤੀਬਾੜੀ ਨਾਲ ਜੁੜੇ ਹੋਏ ਹਨ। ਅੱਜ ਟਰਕੀ ਪੂਰੀ ਦੁਨੀਆ ਦੇ ਵਿੱਚੋਂ ਪਹਿਲੇ ਨੰਬਰ ਤੇ ਆਉਂਦਾ ਹੈ ਆੜੂ ਦੀ ਪ੍ਰੋਡਕਸ਼ਨ ਯਾਨੀ ਕਿ ਆੜੂ ਦੀ ਪੈਦਾਵਾਰ ਕਰਨ ਵਿੱਚ, ਤੇ ਪੂਰੀ ਦੁਨੀਆ ਦੇ ਵਿੱਚ 6ਵਾਂ ਸਭ ਤੋਂ ਵੱਡਾ ਉਤਪਾਦਕ ਹੈ ਜੀ ਤੰਬਾਕੂ ਦਾ, ਤੇ ਪੂਰੀ ਦੁਨੀਆ ਦੇ ਵਿੱਚ 4ਥੇ ਨੰਬਰ ਤੇ ਆਉਂਦਾ ਹੈ ਅੰਗੂਰ ਅਤੇ ਸਬਜ਼ੀਆਂ ਦੀ ਪੈਦਾਵਾਰ ਕਰਨ ਵਿੱਚ। ਤੁਰਕੀ ਦੇ ਵਿੱਚ ਇੰਨੀ ਵਧੀਆ ਖੇਤੀ ਹੋਣ ਦਾ ਸਭ ਤੋਂ ਵੱਡਾ ਕਾਰਨ ਹੈ ਇੱਥੋਂ ਦਾ ਵਾਤਾਵਰਣ ਜਿਹੜਾ ਕਿ ਖੇਤੀ ਦੇ ਲਈ ਬਹੁਤ ਜ਼ਿਆਦਾ ਅਨੁਕੂਲ ਹੈ। ਇੱਥੇ ਫਸਲਾਂ ਨੂੰ ਧੁੱਪ ਵੀ ਚੰਗੀ ਮਿਲਦੀ ਹੈ ਤੇ ਨਮੀ ਵੀ, ਜਿਸ ਦੇ ਕਾਰਨ ਇੱਥੋਂ ਦੀਆਂ ਫਸਲਾਂ ਬਹੁਤ ਜਲਦੀ ਅਤੇ ਬਹੁਤ ਵਧੀਆ ਤਿਆਰ ਹੁੰਦੀਆਂ ਨੇ ਤੇ ਨਾਲ ਹੀ ਤੁਰਕੀ ਦੇ ਵਿੱਚ ਕਣਕ ਨੂੰ ਵੀ ਬਹੁਤ ਵੱਡੀ ਮਾਤਰਾ ਦੇ ਵਿੱਚ ਉਗਾਇਆ ਜਾਂਦਾ ਹੈ। ਇਸ ਦੇ ਨਾਲ ਹੀ ਤੁਰਕੀ ਦੇ ਵਿੱਚ ਦੁੱਧ ਦੇ ਨਾਲ ਨਾਲ ਗੰਨੇ ਦੀ ਵੀ ਪੈਦਾਵਾਰ ਕੀਤੀ ਜਾਂਦੀ ਹੈ। ਇਸ ਲੜੀ ਦੇ ਵਿੱਚ ਨੰਬਰ 9 ਤੇ ਆਉਂਦਾ ਹੈ ਜੀ ਜਰਮਨੀ, ਜਿਹੜੀ ਇੱਕ ਬਹੁਤ ਵਧੀਆ ਤੇ ਸ਼ਾਨਦਾਰ ਕੰਟਰੀ ਹੈ ਤੇ ਇਹ ਵੀ ਐਗਰੀਕਲਚਰ ਦੇ ਵਿੱਚ ਲਗਾਤਾਰ ਅੱਗੇ ਵੱਧ ਰਹੀ ਹੈ। ਇਹਨਾਂ ਦੀ ਟੈਕਨੋਲੋਜੀ ਵੀ ਕਾਫੀ ਕਮਾਲ ਦੀ ਹੈ ਜਿਹੜੀ ਕਿ ਇਹਨਾਂ ਨੂੰ ਅੱਗੇ ਵਧਣ ਦੇ ਵਿੱਚ ਮਦਦ ਕਰਦੀ ਹੈ। ਖੇਤੀਬਾੜੀ ਤੋਂ ਬਿਨਾਂ ਜਰਮਨੀ ਦਾ ਫੋਕਸ ਤੁਹਾਨੂੰ ਦੇਖਣ ਨੂੰ ਮਿਲੇਗਾ ਪੋਲਟਰੀ, ਦੁੱਧ ਅਤੇ ਬੀਫ ਦੇ ਉੱਪਰ ਵੀ, ਤੇ ਨਾਲ ਹੀ ਜਰਮਨੀ ਗੰਨਾ ਵੀ ਕਈ ਦੇਸ਼ਾਂ ਨੂੰ ਐਕਸਪੋਰਟ ਕਰਦਾ ਹੈ। ਤੁਹਾਨੂੰ ਇਹ ਜਾਣ ਕੇ ਇੱਥੇ ਕਾਫੀ ਹੈਰਾਨੀ ਹੋਵੇਗੀ ਕਿ ਜਰਮਨੀ ਦੇਸ਼ ਦੇ 80% ਹਿੱਸੇ ਤੇ ਤੁਹਾਨੂੰ ਕੋਈ ਵੀ ਸਿਟੀ ਯਾਨੀ ਕਿ ਸ਼ਹਿਰ ਦੇਖਣ ਨੂੰ ਨਹੀਂ ਮਿਲੇਗਾ ਤੇ ਇਹ 80% ਹਿੱਸੇ ਤੇ ਜਰਮਨੀ ਦੇ ਵਿੱਚ ਸਿਰਫ ਖੇਤੀਬਾੜੀ ਕੀਤੀ ਜਾਂਦੀ ਹੈ। ਜਰਮਨੀ ਦਾ ਬਾਕੀ ਦਾ ਬਚਿਆ ਹੋਇਆ ਏਰੀਆ ਜੰਗਲਾਂ ਦੇ ਨਾਲ ਘਿਰਿਆ ਹੋਇਆ ਹੈ। ਜਰਮਨੀ ਆਪਣੇ ਦੇਸ਼ ਦੇ ਬਹੁਤ ਵੱਡੇ ਹਿੱਸੇ ਦੇ ਉੱਪਰ ਖੇਤੀਬਾੜੀ ਕਰਦਾ ਹੈ, ਤਾਂ ਹੀ ਉਹ ਸਾਡੀ ਇਸ ਲਿਸਟ ਦੇ ਵਿੱਚ ਇੰਨਾ ਜ਼ਿਆਦਾ ਉੱਪਰ ਆਇਆ ਹੈ। ਜਰਮਨੀ ਦੇ ਵਿੱਚ ਲੋਕਾਂ ਦੇ ਕੋਲ ਜ਼ਮੀਨ ਕਾਫੀ ਹੁੰਦੀ ਹੈ। ਅੰਕੜਿਆਂ ਦੇ ਅਨੁਸਾਰ ਇੱਥੋਂ ਦੇ 87% ਕਿਸਾਨਾਂ ਦੇ ਕੋਲ 124 ਏਕੜ ਦੇ ਲਗਭਗ ਜ਼ਮੀਨ ਜ਼ਰੂਰ ਹੁੰਦੀ ਹੈ। ਨੰਬਰ 8 ਦੇ ਉੱਪਰ ਆਉਂਦਾ ਹੈ ਜੀ ਜਾਪਾਨ। ਏਸ਼ੀਆ ਦਾ ਇਹ ਦੇਸ਼ ਟੈਕਨੋਲੋਜੀ ਦੇ ਵਿੱਚ ਤਾਂ ਅੱਗੇ ਹੈ ਹੀ, ਬਲਕਿ ਇਹ ਲੋਕ ਖੇਤੀਬਾੜੀ ਦੇ ਵਿੱਚ ਵੀ ਕਾਫੀ ਅੱਗੇ ਹਨ। ਜਾਪਾਨ ਦੀ ਜੀਡੀਪੀ ਕਾਫੀ ਵੱਡੀ ਹੈ ਤੇ ਇਸ ਦੇ ਵਿੱਚ ਇੱਥੋਂ ਦੇ ਐਗਰੀਕਲਚਰ ਯਾਨੀ ਕਿ ਖੇਤੀਬਾੜੀ ਦਾ ਵੀ ਬਹੁਤ ਵੱਡਾ ਮਹੱਤਵ ਹੈ। ਰਿਪੋਰਟਾਂ ਦੇ ਅਨੁਸਾਰ ਜਾਪਾਨ ਦੀ ਟੋਟਲ ਜੀਡੀਪੀ ਦਾ 2% ਹਿੱਸਾ ਖੇਤੀਬਾੜੀ ਦੇ ਪੈਸੇ ਤੋਂ ਹੀ ਆਉਂਦਾ ਹੈ। ਇਸ ਲਈ ਆਪਾਂ ਸਮਝ ਸਕਦੇ ਹਾਂ ਕਿ ਜਾਪਾਨ ਕਾਫੀ ਡਿਪੈਂਡ ਹੈ ਖੇਤੀਬਾੜੀ ਦੇ ਉੱਪਰ। ਤੇ ਰਿਪੋਰਟਾਂ ਦੇ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਜਿੰਨੀ ਜਾਪਾਨ ਦੀ ਆਬਾਦੀ ਹੈ ਉਸ ਦੇ 10% ਲੋਕ ਅਜਿਹੇ ਹਨ ਜਿਹੜੇ ਕਿ ਆਪਣੇ ਘਰ ਦੇ ਵਿੱਚ ਸੌਣ ਦੀ ਬਜਾਏ ਆਪਣੇ ਖੇਤ ਯਾਨੀ ਕਿ ਫਾਰਮ ਦੇ ਵਿੱਚ ਸੌਣਾ ਪਸੰਦ ਕਰਦੇ ਨੇ, ਤੇ ਇੱਥੋਂ ਇਹਨਾਂ ਦਾ ਤੁਸੀਂ ਖੇਤੀਬਾੜੀ ਦੇ ਨਾਲ ਪਿਆਰ ਦੇਖ ਸਕਦੇ ਹੋ ਕਿ ਇਹ ਸੌਂਦੇ ਵੀ ਆਪਣੇ ਫਾਰਮ ਵਿੱਚ ਨੇ। ਜਾਪਾਨ ਇੱਕ ਅਜਿਹਾ ਦੇਸ਼ ਹੈ ਜਿੱਥੇ ਚੌਲਾਂ ਦੀ ਖੇਤੀ ਬਹੁਤ ਵੱਡੇ ਪੈਮਾਨੇ ਉੱਪਰ ਕੀਤੀ ਜਾਂਦੀ ਹੈ, ਪਰ ਪਿਛਲੇ ਇੱਕ ਦਹਾਕੇ ਤੋਂ ਇਹ ਦੇਖਣ ਦੇ ਵਿੱਚ ਆਇਆ ਹੈ ਕਿ ਜਾਪਾਨ ਦੇ ਵਿੱਚ ਖੇਤੀਬਾੜੀ ਦੀ ਪੈਦਾਵਾਰ ਘਟੀ ਹੈ ਤੇ ਪਿਛਲੇ ਕੁਝ ਸਾਲਾਂ ਦੇ ਵਿੱਚ ਇੱਥੋਂ ਦੇ ਚੌਲਾਂ ਦੇ ਉਤਪਾਦਨ ਦੇ ਵਿੱਚ ਵੀ 20% ਗਿਰਾਵਟ ਆਈ ਹੈ। ਨੰਬਰ 7 ਦੇ ਉੱਪਰ ਆਉਂਦਾ ਹੈ ਜੀ ਮੈਕਸੀਕੋ, ਜਿੱਥੋਂ ਦਾ ਮੌਸਮ ਅਤੇ ਵਾਤਾਵਰਣ ਬਹੁਤ ਵਧੀਆ ਮੰਨਿਆ ਜਾਂਦਾ ਹੈ ਖੇਤੀਬਾੜੀ ਲਈ। ਮੈਕਸੀਕੋ ਦੀ ਵੀ ਕਾਫੀ ਜ਼ਿਆਦਾ ਆਬਾਦੀ ਡਿਪੈਂਡ ਕਰਦੀ ਹੈ ਖੇਤੀਬਾੜੀ ਉੱਪਰ। ਇਹ ਦੇਸ਼ ਆਪਣੇ ਪੂਰੇ ਦੇਸ਼ ਦੀ 15% ਜ਼ਮੀਨ ਨੂੰ ਸਿਰਫ ਖੇਤੀਬਾੜੀ ਦੇ ਲਈ ਹੀ ਵਰਤਦਾ ਹੈ, ਮਤਲਬ ਕਿ ਇਸ ਦੇਸ਼ ਦੇ 15% ਏਰੀਆ ਦੇ ਵਿੱਚ ਤੁਹਾਨੂੰ ਖੇਤੀਬਾੜੀ ਹੀ ਹੁੰਦੀ ਦਿਖਾਈ ਦੇਵੇਗੀ। ਇੱਥੋਂ ਦੀ ਖੇਤੀਬਾੜੀ ਦੇ ਵਿੱਚ ਸਭ ਤੋਂ ਜ਼ਿਆਦਾ ਕਣਕ, ਗੰਨਾ, ਕਪਾਹ, ਕੇਲੇ ਦੇ ਨਾਲ ਐਵਾਕਾਡੋ ਦੇ ਬੀਨਸ ਅਤੇ ਫਰੂਟਾਂ ਦੀ ਵੀ ਖੇਤੀ ਕੀਤੀ ਜਾਂਦੀ ਹੈ। ਇਸ ਤੋਂ ਬਿਨਾਂ ਮੈਕਸੀਕੋ ਬਹੁਤ ਵੱਡੇ ਪੱਧਰ ਤੇ ਨਿਰਯਾਤ ਕਰਦਾ ਹੈ ਫਰੂਟ, ਕਾਫੀ, ਸਬਜ਼ੀਆਂ ਅਤੇ ਗੰਨੇ ਨੂੰ। ਨੰਬਰ 6 ਦੇ ਉੱਪਰ ਆਉਂਦਾ ਹੈ ਜੀ ਫਰਾਂਸ। ਫਰਾਂਸ ਦੇ ਵਿੱਚ ਐਗਰੀਕਲਚਰ ਦੇ ਕੰਮ ਨੂੰ ਬਹੁਤ ਵੱਡੇ ਪੈਮਾਨੇ ਉੱਪਰ ਕੀਤਾ ਜਾਂਦਾ ਹੈ। ਅੱਜ ਦੇ ਦਿਨ ਬਹੁਤ ਸਾਰੇ ਇੰਡੀਅਨ ਵੀ ਫਰਾਂਸ ਦੇ ਵਿੱਚ ਜਾ ਕੇ ਖੇਤੀਬਾੜੀ ਦਾ ਕੰਮ ਕਰਦੇ ਨੇ। ਫਰਾਂਸ ਦੇ ਵਿੱਚ ਬਹੁਤ ਵੱਡੀ ਮਾਤਰਾ ਦੇ ਵਿੱਚ ਤੇਲ ਦੇ ਬੀਜ, ਮਸਾਲੇ, ਗੰਨਾ ਅਤੇ ਕਣਕ ਦੇ ਨਾਲ ਨਾਲ ਦੂਜੇ ਵੀ ਕਈ ਫਰੂਟਾਂ ਨੂੰ ਉਗਾਇਆ ਜਾਂਦਾ ਹੈ। ਫਰਾਂਸ ਦੇਸ਼ ਅਲਕੋਹਲ ਵੀ ਬਹੁਤ ਜ਼ਿਆਦਾ ਐਕਸਪੋਰਟ ਕਰਦਾ ਹੈ ਤੇ ਪੂਰੀ ਦੁਨੀਆ ਦੀ 6% ਬੀਫ ਦੀ ਮੰਗ ਨੂੰ ਵੀ ਫਰਾਂਸ ਪੂਰਾ ਕਰਦਾ ਹੈ। ਨੰਬਰ 6 ਦੇ ਉੱਪਰ ਦੇਸ਼ ਆਉਂਦਾ ਹੈ ਜੀ ਰਸ਼ੀਆ। ਇਹ ਦੇਸ਼ ਚਕੰਦਰ ਦੀ ਖੇਤੀ ਬਹੁਤ ਵੱਡੇ ਲੈਵਲ ਦੇ ਉੱਪਰ ਕਰਦਾ ਹੈ। ਰਸ਼ੀਆ ਦੇ ਵਿੱਚ ਜਿੰਨੀ ਟੋਟਲ ਜ਼ਮੀਨ ਦੇ ਉੱਪਰ ਖੇਤੀਬਾੜੀ ਕੀਤੀ ਜਾਂਦੀ ਹੈ ਉਸ ਦੇ ਵਿੱਚ ਇਕੱਲੀ 13% ਦੇ ਉੱਪਰ ਤਾਂ ਇਕੱਲਾ ਚਕੰਦਰ ਹੀ ਲਗਾਇਆ ਜਾਂਦਾ ਹੈ। ਇਸ ਤੋਂ ਬਿਨਾਂ ਇੱਥੇ ਕਣਕ, ਗੰਨਾ ਅਤੇ ਆਲੂ ਵੀ ਬਹੁਤ ਵੱਡੇ ਪੱਧਰ ਤੇ ਉਗਾਏ ਜਾਂਦੇ ਹਨ। ਰਸ਼ੀਆ ਦੀ ਐਗਰੀਕਲਚਰ ਇੰਡਸਟਰੀ ਕਾਫੀ ਜ਼ਿਆਦਾ ਵੱਡੀ ਹੈ। ਰਸ਼ੀਆ ਦੀ ਟੋਟਲ ਜੀਡੀਪੀ ਦਾ 6% ਹਿੱਸਾ ਐਗਰੀਕਲਚਰ ਤੋਂ ਆਉਂਦਾ ਹੈ। ਜੇਕਰ ਇੱਥੋਂ ਦੇ ਰੁਜ਼ਗਾਰ ਨੂੰ ਦੇਖਿਆ ਜਾਵੇ ਤਾਂ ਇੱਥੋਂ ਦੇ 16% ਲੋਕਾਂ ਨੂੰ ਰੁਜ਼ਗਾਰ ਖੇਤੀਬਾੜੀ ਤੋਂ ਹੀ ਮਿਲਦਾ ਹੈ। ਇਸ ਦੇਸ਼ ਦੇ 13% ਹਿੱਸੇ ਦੇ ਉੱਪਰ ਗੰਨਾ, ਕਣਕ ਅਤੇ ਆਲੂ ਪੈਦਾ ਕੀਤੇ ਜਾਂਦੇ ਹਨ।
ਜਿਹੜੀ ਜ਼ਮੀਨ ਵਰਤੀ ਜਾਂਦੀ ਹੈ ਉਸ ਦੇ ਵਿੱਚ 19% ਹਿੱਸੇ ਤੇ ਤਾਂ ਇੱਥੇ ਇਕੱਲੀ ਸੋਇਆਬੀਨ ਨੂੰ ਹੀ ਉਗਾਇਆ ਜਾਂਦਾ ਹੈ। ਬ੍ਰਾਜ਼ੀਲ ਦੇਸ਼ ਦੀ ਟੋਟਲ ਜ਼ਮੀਨ ਦੇ 41% ਹਿੱਸੇ ਦੇ ਉੱਪਰ ਖੇਤੀਬਾੜੀ ਕੀਤੀ ਜਾਂਦੀ ਹੈ। ਨੰਬਰ 3 ਦੇ ਉੱਤੇ ਆਉਂਦਾ ਹੈ ਜੀ ਅਮਰੀਕਾ। ਅਮਰੀਕਾ ਦਾ ਰੁਤਬਾ ਖੇਤੀਬਾੜੀ ਦੇ ਵਿੱਚ ਪਹਿਲੇ ਨੰਬਰਾਂ ਤੇ ਆਉਂਦਾ ਹੈ ਕਿਉਂਕਿ ਅਮਰੀਕਾ ਖੇਤੀਬਾੜੀ ਦੇ ਵਿੱਚ ਟੈਕਨੋਲੋਜੀ ਦੀ ਵੀ ਕਾਫੀ ਜ਼ਿਆਦਾ ਮਦਦ ਲੈਂਦਾ ਹੈ। ਖੇਤੀਬਾੜੀ ਦੇ ਵਿੱਚ ਅਮਰੀਕਾ ਦਾ ਫਾਇਦਾ ਤੇ ਇਸ ਦੀ ਪੈਦਾਵਾਰ ਲਗਾਤਾਰ 1990 ਤੋਂ 5% ਵੱਧਦੀ ਆ ਰਹੀ ਹੈ। ਅਮਰੀਕਾ ਦੇ ਵਿੱਚ ਖੇਤੀਬਾੜੀ ਕਾਫੀ ਮੁਨਾਫੇ ਵਾਲਾ ਧੰਦਾ ਹੈ। ਜਿੰਨੇ ਵੀ ਲੋਕ ਅਮਰੀਕਾ ਦੇ ਵਿੱਚ ਖੇਤੀਬਾੜੀ ਦਾ ਕੰਮ ਕਰਦੇ ਨੇ ਉਹਨਾਂ ਦੀ ਆਮਦਨ ਦੇ ਵਿੱਚ ਹਰ ਸਾਲ 0.84% ਦਾ ਵਾਧਾ ਹੁੰਦਾ ਹੈ। ਯਾਨੀ ਕਿ ਇੱਥੇ ਖੇਤੀਬਾੜੀ ਕਰਨ ਵਾਲੇ ਦੀ ਕਮਾਈ ਹਰ ਸਾਲ ਥੋੜੀ ਹੀ ਸਹੀ ਪਰ ਵੱਧਦੀ ਜ਼ਰੂਰ ਹੈ। ਅਮਰੀਕਾ ਦੇਸ਼ ਦੀ ਟੋਟਲ ਜ਼ਮੀਨ ਦੇ ਉੱਪਰ ਜਿੰਨੀ ਖੇਤੀ ਕੀਤੀ ਜਾਂਦੀ ਹੈ ਕਣਕ ਦੇ ਸੀਜ਼ਨ ਦੇ ਵਿੱਚ 80% ਉਸ ਦੇ ਹਿੱਸੇ ਉੱਪਰ ਇਕੱਲੀ ਕਣਕ ਬੀਜੀ ਜਾਂਦੀ ਹੈ। ਇੱਥੋਂ ਤੁਹਾਨੂੰ ਅੰਦਾਜ਼ਾ ਹੋ ਹੀ ਗਿਆ ਹੋਵੇਗਾ ਕਿ ਕਣਕ ਦੀ ਕਿੰਨੀ ਪੈਦਾਵਾਰ ਕਰਦਾ ਹੈ ਅਮਰੀਕਾ। ਇਸ ਤੋਂ ਬਿਨਾਂ ਅਮਰੀਕਾ ਦੇ ਵਿੱਚ ਗੰਨਾ, ਆਲੂ, ਕੌਫੀ, ਮੱਕੀ ਤੇ ਉਸ ਦੇ ਨਾਲ ਨਾਲ ਕੇਲੇ ਦੀ ਵੀ ਖੇਤੀ ਕੀਤੀ ਜਾਂਦੀ ਹੈ। ਅਮਰੀਕਾ ਦੇ ਵਿੱਚ ਕਣਕ ਤੋਂ ਬਾਅਦ ਜਿਹੜੀ ਤੁਹਾਨੂੰ ਸਭ ਤੋਂ ਜ਼ਿਆਦਾ ਫਸਲ ਦੇਖਣ ਨੂੰ ਮਿਲੇਗੀ ਉਹ ਹੈ ਮੱਕੀ। ਅਮਰੀਕਾ ਹਰ ਸਾਲ 24,78,32,000 ਮੈਟ੍ਰਿਕ ਟਨ ਮੱਕੀ ਦੀ ਪੈਦਾਵਾਰ ਕਰਦਾ ਹੈ ਤੇ ਦੂਜੇ ਨੰਬਰ ਤੇ ਸਭ ਤੋਂ ਜ਼ਿਆਦਾ ਇਹ ਸੋਇਆਬੀਨ ਦਾ ਉਤਪਾਦਨ ਕਰਦਾ ਹੈ ਤੇ ਤੀਜੇ ਨੰਬਰ ਤੇ ਸਭ ਤੋਂ ਵੱਧ ਪੈਦਾਵਾਰ ਕਰਦਾ ਹੈ ਕਣਕ ਦੀ। ਅਮਰੀਕਾ ਹਰ ਸਾਲ 69,32,007,000 ਮੈਟ੍ਰਿਕ ਟਨ ਕਣਕ ਦੀ ਪੈਦਾਵਾਰ ਕਰਦਾ ਹੈ। ਇਸ ਲੜੀ ਦੇ ਵਿੱਚ ਨੰਬਰ 2 ਤੇ ਨਾਮ ਆਉਂਦਾ ਹੈ ਜੀ ਇੰਡੀਆ ਦਾ। ਇੰਡੀਆ ਦੇਸ਼ ਦੀ 58% ਤਾਂ ਆਬਾਦੀ ਅਜਿਹੀ ਹੈ ਜਿਹੜੀ ਕਿ ਖੇਤੀਬਾੜੀ ਦੇ ਸਿਰ ਤੋਂ ਹੀ ਕਮਾਈ ਕਰਦੀ ਹੈ ਤੇ ਰੋਟੀ ਖਾਂਦੀ ਹੈ। ਇਹ ਬਹੁਤ ਵੱਡੀ ਗੱਲ ਹੈ ਕਿ ਇੰਡੀਆ ਦੀ ਇੰਨੀ ਆਬਾਦੀ ਖੇਤੀਬਾੜੀ ਦੇ ਨਾਲ ਜੁੜੀ ਹੋਈ ਹੈ। ਇੰਡੀਆ ਦੇਸ਼ ਦੀ ਪੂਰੀ GDP ਦਾ 18% ਹਿੱਸਾ ਇਕੱਲੀ ਖੇਤੀਬਾੜੀ ਦੇ ਉੱਪਰ ਨਿਰਭਰ ਹੈ। ਇੱਥੋਂ ਤੁਸੀਂ ਅੰਦਾਜ਼ਾ ਲਗਾ ਹੀ ਸਕਦੇ ਹੋ ਕਿ ਇੰਡੀਆ ਦੀ ਇਕਨੋਮੀ ਖੇਤੀਬਾੜੀ ਦੇ ਉੱਪਰ ਕਿੰਨੀ ਨਿਰਭਰ ਹੈ। ਇੰਡੀਆ ਦੀ ਖੇਤੀਬਾੜੀ ਦੀ ਪ੍ਰੋਡਕਸ਼ਨ ਦੇ ਵਿੱਚ ਪਿਛਲੇ 14 ਸਾਲਾਂ ਦੇ ਵਿੱਚ 11% ਦਾ ਵਾਧਾ ਦੇਖਣ ਨੂੰ ਮਿਲਿਆ ਹੈ ਜਦਕਿ ਪਿਛਲਾ ਇੱਕ ਦਹਾਕਾ ਇੰਡੀਆ ਦੇ ਕਿਸਾਨਾਂ ਲਈ ਕਾਫੀ ਵਧੀਆ ਰਿਹਾ ਹੈ। ਦੁਨੀਆ ਦੇ ਵਿੱਚ ਤੁਹਾਨੂੰ ਜਿੰਨੇ ਵੀ ਫਰੂਟ ਦੇਖਣ ਨੂੰ ਮਿਲਦੇ ਨੇ ਉਹਨਾਂ ਦੇ ਵਿੱਚ ਜ਼ਿਆਦਾਤਰ ਫਰੂਟ ਇੰਡੀਆ ਦੇ ਵਿੱਚ ਹੀ ਉਗਾਏ ਜਾਂਦੇ ਨੇ। ਪੂਰੇ ਇੰਡੀਆ ਦੇ ਵਿੱਚ ਕੇਲਾ, ਅੰਬ ਤੇ ਨਿੰਬੂ ਦੀ ਬਹੁਤ ਵੱਡੇ ਪੱਧਰ ਤੇ ਪੈਦਾਵਾਰ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਸਬਜ਼ੀਆਂ ਦੀ ਪੈਦਾਵਾਰ ਦੇ ਵਿੱਚ ਵੀ ਇੰਡੀਆ ਪਹਿਲੇ ਨੰਬਰਾਂ ਉੱਪਰ ਆਉਂਦਾ ਹੈ ਤੇ ਨਾਲ ਹੀ ਇੰਡੀਆ ਦੁੱਧ ਦੀ ਪ੍ਰੋਡਕਸ਼ਨ ਕਰਨ ਦੇ ਵਿੱਚ ਵੀ ਪਹਿਲੇ ਨੰਬਰਾਂ ਤੇ ਆਉਂਦਾ ਹੈ ਤੇ ਡਰਾਈ ਫਰੂਟ ਪੈਦਾ ਕਰਨ ਦੇ ਵਿੱਚ ਇੰਡੀਆ ਦੀ ਰੈਂਕਿੰਗ ਪੂਰੀ ਦੁਨੀਆ ਦੇ ਵਿੱਚੋਂ ਨੰਬਰ 2 ਦੀ ਹੈ ਤੇ ਮੱਛੀ ਦੀ ਪੈਦਾਵਾਰ ਦੇ ਵਿੱਚ ਇੰਡੀਆ ਆਉਂਦਾ ਹੈ ਨੰਬਰ 3 ਤੇ ਆਂਡਿਆਂ ਦੀ ਰੈਂਕਿੰਗ ਦੇ ਵਿੱਚ ਇੰਡੀਆ ਦਾ ਨੰਬਰ ਹੈ ਪੂਰੀ ਦੁਨੀਆ ਦੇ ਵਿੱਚੋਂ 4। ਇਸ ਤੋਂ ਇਲਾਵਾ ਇੰਡੀਆ ਬਹੁਤ ਜ਼ਿਆਦਾ ਕਣਕ ਤੇ ਚੌਲਾਂ ਦੀ ਪੈਦਾਵਾਰ ਕਰਦਾ ਹੈ। ਖੇਤੀਬਾੜੀ ਦੇ ਵਿੱਚ ਨੰਬਰ 1 ਤੇ ਜਿਹੜਾ ਦੇਸ਼ ਆਉਂਦਾ ਹੈ ਉਹ ਦੇਸ਼ ਹੈ ਜੀ ਚਾਈਨਾ। ਬਹੁਤ ਸਾਰੀਆਂ ਰਿਪੋਰਟਾਂ ਦੇ ਅਨੁਸਾਰ ਅੱਜ ਦੇ ਦਿਨ ਚਾਈਨਾ ਦਾ ਰੁਤਬਾ ਖੇਤੀਬਾੜੀ ਦੇ ਵਿੱਚ ਨੰਬਰ 1 ਦਾ ਹੈ ਕਿਉਂਕਿ ਇਹਨਾਂ ਦੇ ਕੋਲ ਖੇਤੀਬਾੜੀ ਦੇ ਲਈ ਬਹੁਤ ਜ਼ਿਆਦਾ ਜ਼ਮੀਨ ਹੈ। ਇਸ ਤੋਂ ਇਲਾਵਾ ਚਾਈਨਾ ਦੇ ਵਿੱਚ ਖੇਤੀ ਕਰਨ ਵਾਲੇ ਲੋਕਾਂ ਦੀ ਵੀ ਕੋਈ ਕਮੀ ਨਹੀਂ ਹੈ। ਚਾਈਨਾ ਦੀ ਖੇਤੀਬਾੜੀ ਦੇ ਵਿੱਚ ਕੀ ਜਗ੍ਹਾ ਹੈ ਇਸ ਦਾ ਅੰਦਾਜ਼ਾ ਤੁਸੀਂ ਇੱਥੋਂ ਹੀ ਲਗਾ ਸਕਦੇ ਹੋ ਕਿ ਪੂਰੀ ਦੁਨੀਆ ਦੇ ਵਿੱਚ ਜਿੰਨੇ ਪਰਸੈਂਟ ਲੋਕ ਖਾਣਾ ਖਾਂਦੇ ਨੇ ਉਹਨਾਂ ਦੇ ਵਿੱਚੋਂ 22% ਲੋਕ ਚਾਈਨਾ ਦਾ ਪੈਦਾ ਕੀਤਾ ਹੋਇਆ ਖਾਣਾ ਹੀ ਖਾਂਦੇ ਨੇ। ਯਾਨੀ ਕਿ ਹਰ 100 ਦੇ ਵਿੱਚੋਂ 22 ਲੋਕ ਚਾਈਨਾ ਦੀ ਧਰਤੀ ਤੇ ਉੱਗੇ ਹੋਏ ਖਾਣੇ ਨੂੰ ਖਾਂਦੇ ਨੇ। ਇੰਨਾ ਜ਼ਿਆਦਾ ਉੱਚਾ ਲੈਵਲ ਹੈ ਖੇਤੀਬਾੜੀ ਦੇ ਵਿੱਚ ਚਾਈਨਾ ਦਾ। ਚਾਈਨਾ ਦੀ ਧਰਤੀ ਨੂੰ ਖੇਤੀਬਾੜੀ ਦੇ ਲਈ ਬਹੁਤ ਜ਼ਿਆਦਾ ਵਧੀਆ ਮੰਨਿਆ ਜਾਂਦਾ ਹੈ। ਚੰਗਾ ਵਾਤਾਵਰਣ ਹੋਣ ਕਰਕੇ ਇੱਥੇ ਫਰੂਟ ਅਤੇ ਸਬਜ਼ੀਆਂ ਵੀ ਬਹੁਤ ਵਧੀਆ ਉੱਗਦੀਆਂ ਨੇ। ਇਸ ਤੋਂ ਇਲਾਵਾ ਚੀਨ ਦੇ ਵਿੱਚ ਤੁਹਾਨੂੰ 5,45,090 ਵਰਗ ਕਿਲੋਮੀਟਰ ਦੇ ਵਿੱਚ ਜਿਹੜੀ ਜ਼ਮੀਨ ਮਿਲੇਗੀ ਉਹ ਪੂਰੀ ਤਰ੍ਹਾਂ ਨਾਲ ਸਿੰਚਾਈ ਵਾਲੀ ਜ਼ਮੀਨ ਹੈ। ਚਾਈਨਾ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਚੌਲਾਂ ਦੀ ਪੈਦਾਵਾਰ ਕਰਦਾ ਹੈ। ਇਹ ਚੌਲਾਂ ਦੀ ਪੈਦਾਵਾਰ ਕਰਨ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਨੰਬਰ 1 ਤੇ ਆਉਂਦਾ ਹੈ। ਨਾਲ ਹੀ ਚਾਈਨਾ ਸੋਇਆਬੀਨ, ਕਣਕ ਅਤੇ ਮੱਕੀ ਦੇ ਵਿੱਚ ਵੀ ਪਹਿਲੇ ਨੰਬਰ ਤੇ ਆਉਂਦਾ ਹੈ ਪੂਰੀ ਦੁਨੀਆ ਵਿੱਚੋਂ। ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਿਆ ਜੀ ਦੁਨੀਆ ਦੇ ਸਭ ਤੋਂ ਜ਼ਿਆਦਾ 10 ਖੇਤੀਬਾੜੀ ਕਰਨ ਵਾਲੇ ਦੇਸ਼ਾਂ ਦੇ ਬਾਰੇ। ਤੁਹਾਨੂੰ ਸਾਡੀ ਵੀਡੀਓ ਕਿੰਨੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ। ਸਾਡੇ ਫੇਸਬੁੱਕ ਪੇਜ ਜੋਟੀ ਵੀਰ ਜ਼ਰੂਰ ਫੋਲੋ ਕਰਨਾ।